ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਰੁੜ ਗਏ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹਨਾਂ ਨੂੰ ਨਿਕਲਣ ਦਾ ਵੀ ਮੌਕਾ ਨਹੀਂ ਮਿਲਿਆ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਸ ਪਾਣੀ ਦੇ ਵਿੱਚ ਮਹਿਲਾਵਾਂ ਸਮੇਤ ਬੱਚੇ ਵੀ ਫਸੇ ਹੋਏ ਸਨ। ਹਾਲਾਂਕਿ ਉੱਥੇ ਮੌਜੂਦ ਲੋਕਾਂ ਵੱਲੋਂ ਵੀਡੀਓ ਬਣਾਈ ਗਈ ਤੇ ਉਹਨਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਕੋਈ ਵੀ ਪਾਣੀ ਦੇ ਨਜ਼ਦੀਕ ਜਾਣ ਤੋਂ ਵੀ ਡਰ ਰਿਹਾ ਸੀ। ਲੋਕਾਂ ਦੇ ਵਿੱਚ ਚੀਕ ਚੁਹਾੜਾ ਮੱਚਿਆ ਹੋਇਆ ਸੀ, ਪਰ ਵੇਖਦੇ ਵੇਖਦੇ ਇਹ ਪਰਿਵਾਰ ਪਾਣੀ ਦੇ ਵਿੱਚ ਡੁੱਬ ਗਿਆ ਅਤੇ ਸਰਚ ਆਪਰੇਸ਼ਨ ਦੌਰਾਨ 2 ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ, ਬਾਕੀ ਲਾਪਤਾ ਨੇ। ਹਾਲਾਂਕਿ ਰਾਹਤ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਹਾਦਸਾ ਮੁੰਬਈ ਦੇ ਨੇੜੇ ਲੋਨਾਵਲਾ 'ਚ ਵਾਪਰਿਆ, ਜਿੱਥੇ ਪੁੰਛੀ ਡੈਮ ਤੇ ਛੁੱਟੀਆਂ ਮਨਾਉਣ ਇਹ ਪਰਿਵਾਰ ਪਹੁੰਚਿਆ ਹੋਇਆ ਸੀ, ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਇਹ ਪਰਿਵਾਰ ਉਸ ਪਾਣੀ ਦੇ ਵਿੱਚ ਫਸ ਗਿਆ। ਦੱਸਣਾ ਬਣਦਾ ਹੈ ਕਿ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਲੋਨਾਵਲਾ ਦੇ ਵਿੱਚ ਸੈਲਾਨੀਆਂ ਦੀ ਸੰਖਿਆ ਵੱਧ ਗਈ ਹੈ। ਇਸ ਸਮੇਂ ਪੁੰਛੀ ਡੈਮ ਤੇ ਵੱਡੀ ਸੰਖਿਆ ਦੇ ਵਿੱਚ ਸੈਲਾਨੀ ਪਹੁੰਚ ਰਹੇ ਨੇ ਤਾਂ ਪੁਣੇ ਦੇ ਲੋਨਾਵਲਾ ਸਥਿਤ ਪੁੰਛੀ ਡੈਮ ਤੋਂ ਇਹ ਦੁਖਦ ਖਬਰ ਸਾਹਮਣੇ ਆਈ ਹੈ, ਜਿੱਥੇ ਛੁੱਟੀਆਂ ਮਨਾਉਣ ਦੇ ਲਈ ਇਹ 5 ਪਰਿਵਾਰ ਦੇ ਮੈਂਬਰ ਪਹੁੰਚੇ ਹੋਏ ਸਨ, ਪਰ ਓਵਰਫਲੋ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। 2 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਨੇ, ਬਾਕੀ ਲਾਪਤਾ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਨਾਵਲਾ ਗ੍ਰਾਮੀਣ ਪੁਲਿਸ ਅਤੇ ਬਚਾਵ ਦਲ ਮੌਕੇ ਤੇ ਪਹੁੰਚਿਆ। ਪੁਲਿਸ ਵੱਲੋਂ ਵੀ ਉਸ ਜਗ੍ਹਾ ਤੇ ਸਖਤ ਸੁਰੱਖਿਆ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਜਿਵੇਂ ਹੀ ਪਹਿਲੀ ਮੌਨਸੂਨ ਦੀ ਬਰਸਾਤ ਹੁੰਦੀ ਹੈ, ਪੁੰਛੀ ਡੈਮ ਤੇ ਸੈਲਾਨੀਆਂ ਦੀ ਸੰਖਿਆ ਵੱਧ ਜਾਂਦੀ ਹੈ, ਤਾਂ ਇਸ ਦੇ ਚੱਲਦੇ ਹੀ ਹੁਣ ਇਹ ਵੱਡਾ ਹਾਦਸਾ ਹੋਇਆ, ਜਦੋਂ ਪਾਣੀ ਦੇ ਬਹਾਵ ਦੇ ਵਿੱਚ ਇਹ ਪਰਿਵਾਰ ਫਸ ਜਾਂਦਾ ਹੈ। ਪਾਣੀ ਇੰਨਾ ਤੇਜ਼ ਹੁੰਦਾ ਹੈ ਕਿ ਪਰਿਵਾਰ ਨੂੰ ਨਿਕਲਣ ਦਾ ਵੀ ਮੌਕਾ ਨਹੀਂ ਮਿਲਦਾ। ਹਾਲਾਂਕਿ ਕੋਸ਼ਿਸ਼ਾਂ ਪਰਿਵਾਰ ਵੱਲੋਂ ਨਿਕਲਣ ਦੀਆਂ ਕੀਤੀਆਂ ਜਾਂਦੀਆਂ ਨੇ, ਪਰ ਉਹ ਨਾਕਾਮਯਾਬ ਰਹਿੰਦੇ ਨੇ। ਫਿਲਹਾਲ ਰਾਹਤ ਟੀਮਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਹੋਇਆ ਤੇ ਬਾਕੀ ਮੈਂਬਰਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।